ਬੋਲੀਆਂ ਤੇ ਗਿੱਧਾ ਪਾਇਆ ਗਿਆ, ਭੰਗੜੇ ਦੇ ਕਰਵਾਏ ਗਏ ਤੇ ਦੱਸਦੇ ਕਿ ਬੜੇ ਹੀ ਉਤਸ਼ਾਹ ਦੇ ਨਾਲ ਜੁੜਾ ਹੈ ਇਸ ਸੱਭਿਆਚਾਰਕ ਤਿਉਹਾਰ ਨੂੰ ਮਨਾਇਆ ਗਿਆ ਹੈ। ਭੰਗੜੇ ਕਰਵਾ ਕੇ ਮੁਕਾਬਲੇ ਕਰਾਏ ਗਏ, ਉਤਸ਼ਾਹ ਦੇ ਨਾਲ ਗਿੱਧੇ ਤੇ ਬੋਲੀਆਂ ਵੀ ਪਾਈਆਂ ਗਈਆਂ ਨੇ। ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦੀ ਤੀਜ ਨੂੰ ਮਨਾਇਆ ਜਾਂਦਾ ਹਰ ਸਾਲ। ਇਹ ਔਰਤਾਂ ਨਵੀਆਂ ਵਿਆਹੀਆਂ ਸੱਜ ਵਿਆਹੀਆਂ ਮੁਟਿਆਰਾਂ ਦਾ ਤਿਉਹਾਰ ਹੈ। ਇਹ ਸਾਵਣ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਆਪਸੀ ਭਾਈਚਾਰੇ ਤੇ ਪਿਆਰ ਮੁਹੱਬਤ ਦਾ ਤਿਉਹਾਰ ਹੈ। ਨਵੀਆਂ ਵਿਆਹੀਆਂ ਕੁੜੀਆਂ ਇਸ ਦਿਨ ਆਪਣੇ ਪੇਕੇ ਘਰ ਆਉਂਦੀਆਂ ਹਨ, ਆਪਣੀਆਂ ਸਹੇਲੀਆਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਹਨ, ਆਪਣੇ ਗਿਲੇ ਸ਼ਿਕਵੇ ਦੂਰ ਕਰਦੀਆਂ ਹਨ ਅਤੇ ਰਲ ਮਿਲ ਕੇ ਮੌਜ ਮਸਤੀ ਵਿੱਚ ਝੂਮਦੀਆਂ ਹੋਈਆਂ ਪਿੰਡਾਂ ਵਿੱਚ ਗਿੱਧੇ ਪਾਉਂਦੀਆਂ ਹਨ, ਪਰਾਂਦੇ ਪਾਉਂਦੀਆਂ ਹਨ, ਆਪਣੇ ਦਿਲ ਦੇ ਅਰਮਾਨ ਆਪਣੀਆਂ ਸਹੇਲੀਆਂ ਨਾਲ ਸਾਂਝੇ ਕਰਦੀਆਂ। ਲੜਕੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ, ਨਵ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤੇ ਮਾਨਤਾ ਇਹ ਕਿ ਨਵ ਵਿਆਹੀਆਂ ਕੁੜੀਆਂ ਜੇ ਉਹ ਆਪਣੇ ਸੱਸ ਦੇ ਮੱਥੇ ਨਹੀਂ ਲੱਗਦੀਆਂ ਤੇ ਪੇਕੇ ਘਰ ਰਹਿ ਕੇ ਉਹ ਆਪਣੇ ਸਾਰੇ ਗਿੱਧੇ ਪਾਉਂਦੀਆਂ ਨੇ, ਨਨਾਨਾ ਭਰਜਾਈਆਂ ਸਭ ਰਲ ਕੇ ਬਾਗਾਂ ਵਿੱਚ ਪਿੰਗਾਂ ਝੂਟਦੀਆਂ ਨੇ, ਗਿੱਧੇ ਪਾਉਂਦੀਆਂ, ਬੋਲੀਆਂ ਪਾਉਂਦੀਆਂ ਨੇ ਤੇ ਖੁਸ਼ੀਆਂ ਮਨਾਉਂਦੀਆਂ ਨੇ। ਇਸ ਮਹੀਨੇ ਵਿੱਚ ਸੰਧਾਰਾ ਪੇਕਿਆਂ ਤੋਂ ਆਉਂਦਾ, ਜਿਹਦੇ ਵਿੱਚ ਸ਼ਿੰਗਾਰ ਦਾ ਸਮਾਨ ਲੜਕੀ ਵਾਸਤੇ ਸਭ ਕੁਛ, ਉਹਦੇ ਖਾਣ ਪੀਣ ਦਾ ਸਮਾਨ, ਸ਼ਿੰਗਾਰ ਦਾ ਸਮਾਨ ਸਾਰਾ ਕੁਛ ਦਿੱਤਾ ਜਾਂਦਾ। ਉਹਦੇ ਸਹੁਰਿਆਂ ਦੇ ਘਰ ਪੇਕੇ ਸੰਧਾਰਾ ਲੈ ਕੇ ਜਾਂਦੇ ਨੇ, ਜਿਹੜੀ ਕਿ ਬਹੁਤ ਵਧੀਆ ਤੇ ਬੜੀ ਵੱਡੀ ਇੱਕ ਟ੍ਰੈਡੀਸ਼ਨਲ ਚੀਜ਼ ਅਸੀਂ ਕਹਿ ਸਕਦੇ ਹਾਂ ਕਿ ਜਿਸਨੂੰ ਅੱਗੇ ਅਸੀਂ ਲੈ ਕੇ ਜਾ ਰਹੇ ਹਾਂ। ਇਸ ਤਿਉਹਾਰ ਨੂੰ ਕੁੜੀਆਂ ਬਹੁਤ ਚਾਅ ਨਾਲ ਮਨਾਉਂਦੀਆਂ ਨੇ। ਅੱਜ ਕੱਲ ਇਹ ਕਲੱਬਾਂ ਹੋਟਲਾਂ ਵਿੱਚ ਮਨਾਇਆ ਜਾਂਦਾ, ਪਰ ਪੁਰਾਣੇ ਜ਼ਮਾਨੇ ਦੇ ਵਿੱਚ ਬਾਗਾਂ ਦੇ ਵਿੱਚ ਪਿੰਗਾ ਪਾ ਕੇ ਮਨਾਇਆ ਜਾਂਦਾ ਸੀ। ਲੜਕੀਆਂ ਸ਼ਿੰਗਾਰ ਕਰਦੀਆਂ ਨੇ ਬਹੁਤ ਸੋਹਣੇ ਸੋਹਣੇ ਕੱਪੜੇ ਪਾ ਕੇ ਔਰ ਪੰਜਾਬੀ ਸੂਟ ਪਾ ਕੇ ਆਪਣੇ ਪੂਰੇ ਦਿਲ ਦੇ ਚਾਅ ਜਿਹੜੇ ਨੇ ਉਹ ਪੂਰੇ ਕਰਦੀਆਂ ਨੇ।